ਵੀ ਸੈਯਦਾ ਸਲਾਮ ਇਲਤਮਾਸ ਦੁਆ ਬਰੇ ਹੁਜਤ ਖੁਦਾ ਬਿਸਮਿਲ੍ਲਾਹਿ ਰਹਿਮਾਨ ਰਹੀਮ اللهم كن وليك الحجة ابن الحسن عليه الصلاة والسلام صلواتك عليه وعلى آبائه في هذا الساعات وفي كل ساعة من ساعة الليل والنهار وليا وحافظا وقائدا وناصرا ودليلا وعين الحتى تسكنه ورزقا طوعا ودمت لئاه فيها طويلا يا رب محمد و آل محمد و عجل فرج آل محمد یا قائم آل محمد ادرکنی فی سبیل اللہ صلی اللہ محمد و آل محمد نعرہ تکبیر مالک دا نام بہت بلند ہے بلند آواز نال بولو نعرہ تکبیر اللہ اکبر نعرہ رسالت یا رسول اللہ نعرہ حیدری ہاتھ بلند کر کے ہر بندہ بولے حیدری علی علی مشکل کشا علی مومن اور منافق دی پہچان علی حسینیت سب بولو حسینیت زندہ باد جدیدیت مرد آباد اہل بیت دشمنوں تے لعنت مولا علی علیہ السلام دے ہر دور دے ہر دشمن تے لعنت عبد الرحمن ابن ملجم حرامی تے لعنت جڑا جان کے سوچ سمجھ کے لعنت نہ کرے اوندے تے بھی لعنت سلوات کا پڑھو رل کے پڑھو میں سیاں دی نوکری شروع کروں چی سلوات ہوئے اللہم صلی اللہ علیہ ایک سلوات ایسی پڑھو جڑے گھروں چ بیٹھے انہوں کی پتہ لگے جو ذکر جا رہی ہے اللہم صلی اللہ علیہ وسلم دعا گو ہم مالک اللہ تھوڑے اس پر مقدس مقام تے تو رہے منظور و مقبول فرمائے میرے بھائی اندہ تمام خرچ خرجات لنگر نیاز مالک اپنی بارگاہی منظور و مقبول فرمائے فیاض بھائی کنال بھیراوان دے نال خاندان دے نال اہل علاقہ دے مالک عباد و شاد فرماوے گھر دے وچ کوئی دکھ تکلیف ہیں تو مالک ذکر دا صدقہ دور فرماوے آمن علی مصیبتاں تو مالک امان دے جو مومن بیمار ان دعا گوہاں پاک ذکر دا صدقہ مالک سونی صحت عطا فرماوے بے اولاداں کو مالک ماتمی عزادار بچڑے عطا فرماوے مقام مقدسہ دی مالک حفاظت فرماوے بالخصوص بی بی دروزے دی مالک حفاظت فرماوے وطن والے اہم دعا پہ منگنا کوشش کرے امین رکھائے جتنی اکھیں کربلا و شام واسطے سکدین مالک اس سال 14 دا زوار ہمیشہ سادات دے ویڑے وسن حجت خدا بارویں شہنشاہ دا مالک ہنے ظہور فرماوے اور سب کو مولا دے متھے لگن دے سارے اکھو قابل بناوے وطن گھارے کوئی ذاکر بن کے نہیں وطن دی کوئی مجلس ہوئے تو میں ایویں سمجھنا بھائی بانی ہونے دی حیثیت نال
ਦਿਲ 'ਚ ਹਾਜ਼ਰੀ ਹੁੰਦੀ ਹੈ। ਸੱਚਾ ਸੋਚਾ ਜ਼ਦਾਰ ਹੈ ਜ਼ਹਿਨ 'ਚ ਕਦਾ ਨਾ ਸੋਚਾ ਕਰ ਪੜ੍ਹਨ ਵਾਲਾ ਕੌਣ ਨੇ, ਜ਼ਹਿਨ 'ਚ ਗੱਲ ਇੱਕ ਰੱਖੀ ਕਰ ਬੇ ਜ਼ਿਕਰ ਕਿ ਨਾ ਹਸਤੀਆਂ ਦਾ ਪਿਆ ਤੀਆ। ਅੱਲਾ ਜਾਣੇ ਮਦੀਨੇ ਵਾਲੇ ਸਹਿਦੋਂ ਕੋ ਕੌਣ ਪਸੰਦ ਹੈ। ਔਰ ਲਾਲਾ ਜੀ ਹਰ ਮੈਂਬਰ ਅਤੇ ਜਿੱਥੇ ਮੌਲਾ ਨੌਕਰੀ ਦੀ ਵਈ ਇਹ ਗੱਲ ਜ਼ਰੂਰ ਕੀਤੀ ਮੈਂ, ਇਹ ਦੁਨੀਆ ਤੋਂ ਐਸਾ ਮੋਮਿਨ ਆਜ਼ਾਦਾਰ ਅਤੇ ਹੁਸੈਨ ਦਾ ਮਾਤਮੀ ਬਣ ਕੇ ਤੁਰ, ਤਾਂ ਕਿ ਜਦੋਂ ਤੂੰ ਕਬਰ ਦੇ ਵਿੱਚ ਵੰਜੇ ਤਾਂ ਤੈਨੂੰ ਤੇਰਾ ਇਮਾਮ ਆ ਕੇ ਤੈ ਕੋ ਅਜਾ ਜੀਵਣਾ ਚਾਹੀਦਾ, ਕਮ ਅਜ਼ ਕਮ ਐਸਾ ਕਿਰਦਾਰ ਹੋਣਾ ਚਾਹੀਦਾ ਮਾਤਮੀ ਅਤੇ ਆਜ਼ਾਦਾਰ। ਮਦੀਨੇ ਵਾਲੇ ਸੈਯਦ ਬੜੇ ਲਜਪਾਲ ਹਨ, ਉਹ ਆਉਣ ਵਾਲੇ ਦੀ ਨੀਅਤ ਦੇ ਦਿਨ ਹੈਸੀਅਤ ਨਹੀਂ ਦੇ ਦੇ ਬੇ ਖਾਨ ਹੈ ਮਲਿਕ ਕੇ ਮਖਦੂਮ ਹੈ, ਨਹੀਂ ਨੀਅਤ ਦੇ ਦਿਨ ਵੀ ਕਿਹੜੀ ਨੀਅਤ ਨਾਲ ਸਾਡੇ ਦਰ 'ਤੇ ਸਵਾਲ ਹੀ ਬਣ ਗਿਆ। ਹੁਸੈਨ ਉਹ ਕਰੀ ਮੈਂ ਲਜਪਾਲ ਜੈ ਨਾਨੇ ਦਾ ਕਰਜ਼ਾ ਨਹੀਂ ਰੱਖਿਆ, ਜੈਸੀ ਨੀਅਤ। ਅਗਲਾ ਜੁਮਲਾ ਤੁਸੀਂ ਆਪ ਬਿਹਤਰ ਜਾਣਦੇ ਹੋ, ਜਿਹੜੀ ਨੀਅਤ ਨਾਲ ਬੰਦਾ ਦਰਬਾਰ ਹੀ ਚਾਹੁੰਦਾ ਉਸੇ ਨੀਅਤ ਨਾਲ ਹੀ ਵਾਪਸ ਮਿਲਦਾ। ਇਸ ਮਾਹੌਲ 'ਚ ਮੇਰਾ ਦਿਲ ਚਾਹੁੰਦਾ ਮੈਂ ਮਜਲੇ ਦੀ ਇਬਤਦਾ ਇੱਕ ਸੋਹਣੇ ਜਿਹਾ ਕਸੀਦੇ ਤੋਂ ਸ਼ੁਰੂ ਕਰਾਂ। ਚਲੋ ਜਿਹੜੇ ਬਾਸੀਆਂ ਜਿੰਦੇ ਬੈਠਣ ਉਹਨਾਂ ਦੀਆਂ ਅੱਖੀਆਂ ਖੁੱਲ੍ਹ ਵੈਸੇ ਭੱਟੀਆਂ ਦੀ ਮਜਲੇ ਸੇ, ਅਤੇ ਮੇਰਾ ਦਿਲ ਚਾਹੁੰਦਾ ਸੁਲਤਾਨ ਉਲ ਜ਼ਾਕਿਰੀਨ ਅਹਿਮਦ ਭਾਈ ਭੱਟੀ ਦੀ ਕਲਮ ਦਾ ਲਿਖੋ ਹੈ ਕਸੀਦਾ ਸੁਣ। ਬਿਸਮਿਲ੍ਲਾ ਕਰਾਂ, ਮਿਹਰਬਾਨੀ ਭਾਈ। ਅੱਛਾ ਢੇਰ ਸਾਰੇ ਬੰਦੇ ਹੁੰਦੇ ਨੇ ਜਿਹੜੇ ਮਜਲੇ ਸੇ 'ਚ ਬੈਠੇ ਹੁੰਦੇ ਨੇ, ਦਾਤ ਨਿਮਣ ਦਾ ਉਹਨਾਂ ਦਾ ਵੱਖਰਾ ਅੰਦਾਜ਼ ਹੈ, ਬਈ ਕੁਝ ਬੰਦੇ ਤਾਂ ਜ਼ਬਾਨ ਨਾਲ ਦਾਤ ਰਹਿੰਦੇ ਨੇ, ਕੁਝ ਬਸ ਇਹੀ ਕਰ ਛੋੜਦੇ ਨੇ। ਇਹ ਰੂਟੀਨ ਹੀ ਛੋੜ ਦਿਓ ਅੱਲਾ ਦੇ ਨਾਮ 'ਤੇ, ਇਹ ਰੂਟੀਨ ਤੋਂ ਕੋ ਕਬਰ 'ਚ ਔਖਾ ਕਰੇ ਸੀ, ਜੇ ਉੱਥਾ ਸਵਾਲ ਜਵਾਬ ਥੀ ਸਨ ਅਤੇ ਬੰਦੇ ਦਾ ਰੂਟੀਨ ਬਣੀ ਵਧੀ ਹੋ ਸੀ, ਫਰਿਸ਼ਤੇ ਜੋ ਪੁੱਛਦੇ ਨੇ ਮਨ ਰੱਬੋ ਕਾ ਉੱਥਾ ਬਸ ਇਹੀ ਕਰੇ, ਹਾਂ ਰਿਜ਼ਲਟ ਉੱਥਾ ਹੀ ਮਿਲ ਸੀ ਅੱਲਾ, ਇੱਥਾਂ ਬੁਲੈਂਦੇ ਹੋ ਸੋ ਤਾਂ ਕਬਰ 'ਚ ਬੋਲੇ ਸੀ। ਅੱਲਾ ਤੋਂ ਸਲਾਮਤ ਰੱਖੇ, ਮੈਂ ਰਹਿੰਦਾ ਹੈ ਉਹਦਾ ਵਿੱਚ ਵਿਰਾ ਜਿਹੜੇ ਕੈਮਰੇ ਨੇ ਆਰ ਦੇ ਕੈਮਰੇ ਬਈ ਅਮਾਨੁੱਲਾ, ਅੱਲਾ ਸਾਡੇ ਵਿਰਾਹ ਦੇ ਦਰਜਾਤ ਬੁਲੰਦ ਫਰਮਾਏ, ਸਾਨੂੰ ਹੋਰ ਵੀ ਜਿਤਨੇ ਮਰਹੂਮੀਨ ਚਲੇ ਗਏ ਮਾਲਿਕ ਮਗਫਰਤ ਫਰਮਾਏ। ਮੈਂ ਦਰਾਂ ਨੇ ਜਿਹੜੇ ਮਜਲਸਾਂ 'ਚ ਕੈਮਰੇ ਲੱਗਦੇ ਨੇ ਆਰ ਦੇ ਕੈਮਰੇ ਨੇ, ਇਹ ਮਿੱਟ ਵੰਜਣ ਵਾਲੇ ਕੈਮਰੇ ਨੇ, ਮੈਦੇ ਕੀ ਦੇ ਮੁਤਾਬਿਕ ਇਹ ਜ਼ਿਕਰ ਦੇ ਵਿੱਚ ਹੀ ਕੈਮਰਾ ਲਗਾਉਂਦੇ 12ਵੇਂ ਸ਼ਹਿਨਸ਼ਾਹ ਦਾ, ਬਸ ਕੋਸ਼ਿਸ਼ ਕੀਤੀ ਕਰੋ ਨਾ ਫਜ਼ਾਇਲ ਵਾਲੇ ਚਿਹਰੇ ਤੇ ਰੌਣਕ ਜ਼ਰੂਰ ਰੱਖੀ ਕਰੋ, ਕਿਉਂ ਜਦੋਂ 12ਵੇਂ ਸ਼ਹਿਨਸ਼ਾਹ ਕੋਲ ਫੋਟੋ ਬਣੇ ਪਤਾ ਲੱਗੇ ਹੁਬਦਾਰ ਬੈਠਾ। ਬਜ਼ੁਰਗਾਂ ਦੀਆਂ ਪੜ੍ਹ ਨਹੀਂ ਸਕਦੇ, ਮੈਂ ਕੋਸ਼ਿਸ਼ ਕਰਿੰਦਾ ਤੁਹਾਡੇ ਕੋਲ ਦੁਆ ਖੇਡਣ ਦੀ ਖਾਤਰ, ਜਿਤਨੀ ਉੱਚੀ ਸਲਵਾਤ ਹੋ ਸੀ ਉਤਨਾ ਉੱਚਾ ਕਸੀਦਾ ਹੋ ਸੀ, ਉੱਚੀ ਸਲਵਾਤ ਹੋ ਸੀ। ਆਓ ਬਾਈ ਮੌਲਾ ਦੇ ਜ਼ਿਕਰ 'ਚ ਬੈਠੇ ਹੋ, ਸਾਰਾ ਸਲਵਾਤ ਪੜ੍ਹੀਏ, ਪੜ੍ਹੀਏ ਕਸੀਦਾ। ਅੱਛਾ ਮੈਂ ਇਤਨੀ ਮਿੰਟ ਅੱਧਾ ਤਾਂ ਮੇਰੇ ਕੋਲ ਲੱਗੀ ਹੋਈ ਸੀ ਗੱਲ ਕਰਨ ਦੇ, ਵੀ ਸਿਰ ਨਾ ਹਿਲਾਇਆ ਕਰੋ, ਵੱਧ ਹੀ ਬੰਦਾ ਪਾ ਕੇ ਰੂਟੀਨ ਜੋ ਬਣੀ ਹੋਈ ਹੈ, ਵੱਧ ਹੀ ਬੰਦੇ ਮੇਰੇ ਸਿਰ ਰਾਤ ਛੋੜਦੇ। ਬਿਸਮਿਲ੍ਲਾ ਕਰ, ਨਹੀਂ ਆਦਤ ਖਤਮ ਕਰੋ ਨਾ, ਜਿਹੜੇ ਬੈਠਕ ਅਤੇ ਨੰਡ ਗੱਤੀ ਰਹਿੰਦੇ ਨੇ ਇੱਥੇ ਵੱਲਾ ਨਹੀਂ ਬੋਲਦੇ, ਇਹ ਵੀ ਸਾਰਾ ਪ੍ਰੈਕਟੀਕਲ, ਜਿੱਥੇ ਹੁਣ ਬੈਠੇ ਰਹੇ 5-7 ਲਾਲੇ ਮੇਰੇ ਕੋਲ ਉੱਥੇ ਬੈਠੇ ਰਹਿਣ ਅਤੇ ਉਹਨਾਂ 2-4 ਲਾਲੇ ਚੁੱਪ ਬੈਠੇ ਨੇ, ਮੈਂ ਆਖਦਾ ਬਈ ਉੱਥੇ ਚੁੱਪ ਰਹਾਂ ਤਾਂ ਬਿਹਤਰ ਹੈ, ਜਿੱਥੇ ਬੋਲਣਾ ਚਾਹੀਦਾ ਉੱਥੇ ਬੰਦੇ ਬੋਲਦੇ ਨੇ। ਮਲੰਗੀ ਦਾਤ ਪੈ ਰਹੇ ਨੇ।
ਬੋਲੇ ਕਰੋ ਬੋਲੇ ਕਰੋ ਸਲਾਮ ਉਹਦਾ ਜ਼ਿਕਰ ਹੁਸੈਨੀ ਬੋਲਣਾ ਔਰ ਕਿਬਲਾ ਨਿਆਜ਼ ਹੁਸੈਨ ਰਜਬ ਅਲੀ ਇਰਫਾਨ ਕੋ ਮਾਲਿਕ ਹਯਾਤੀਆਂ ਦਾ ਫਰਮਾਨ ਦਿੱਤਾ ਫਰਮਾਨ ਫਰੀਦਨ ਕੋ ਮਾਲਿਕ ਸੋਖੇ ਰੰਗ ਲਾਵੇ ਮੋਇਆ ਅਲੀ ਦੁਸ਼ਮਨ ਮਰਨੀ ਕਿਆ ਬਾਤ ਤੁਹਾਡੇ ਸੁਣਨ ਦੀ ਬਾਈ ਹਾਜਾ ਹੈਦਰੀ ਮੇਰੇ ਮਾਲਾ ਨਜਬ ਛੋੜ ਈ ਵਸਤੀ ਚਾ ਪਿਛਲੇ ਨਾਰਾ ਲਈ ਮਰੇ ਨੇ ਹੱਥ ਖੜਾ ਕਰਕੇ ਹੈਦਰੀ ਫੱਟੀ ਸਾਹਿਬ ਨੂੰ ਫਰਮੇ ਦੇ ਮੇਰੇ ਮੌਲਾ ਅਲੀ ਦਾ ਹੇ ਮੋਹਤਾਜ ਜ਼ਮਾਨਾ ਕੁਝ ਨਾਰਾ ਹੈਦਰੀ ਕਿਆ ਬਾਤ ਹੈ ਤੁਹਾਡੇ ਸੁਣਨ ਦੀ ਬਈ ਮਿਲ ਕੇ ਬੋਲੋ ਹਰ ਸਲਾਮਤ ਰਾਮ ਜਿਹੜੇ ਬਲੰਦ ਪਤੀ ਨੇ ਤੁਹਾਡੀਆਂ ਜ਼ਿੰਦਗੀਆਂ ਨੇ ਭੱਟੀ ਚਾਹ ਬਣਾ ਫਰਮੇ ਨਾ ਦੇ ਮੇਰੇ ਮੌਲਾ ਅਲੀ ਇਕਬਾਲ ਵੀਰਾ ਮਾਲਿਕ ਪਰ ਮਾਜਿਸ ਦੀ ਬਰਕਤ ਤਾ ਫਰਮਾਵੇ ਕੱਚੀ ਆਲੇ ਸੈਯਦਾ ਮਿੰਬਰ ਹੁਸੈਨ ਤੇ ਸਾਡੀਆਂ ਦਾ ਇਹ ਪੂਰੀ ਕਾਇਨਾਤ ਮੇਰੇ ਮੁਰਸ਼ਦ ਅਲੀ ਦੀ ਜੁੱਤੀ ਦਾ ਸਤਕਾਰ ਰਿਜ਼ ਖਾਂਦੀ ਹੈ ਓਏ ਫਰਕ ਇਤਨਾ ਹੈ ਕੋਈ ਮਨ ਕੇ ਖਾਂਦਾ ਹੈ ਕੋਈ ਭਾਉ ਕੇ ਖਾਂਦਾ ਹੈ ਜਿਓ ਇਹ ਮੋਹਤਾਜ ਕਿਆ ਬਾਤ ਹੈ ਬਈ ਬਿਸਮਿਲ੍ਲਾ ਕਰਾ ਅੱਛਾ ਢੇਰ ਸਾਰੇ ਬੰਦੇ ਚਾਚੇ ਤੋਂ ਦੇਖਣ ਲੱਗ ਜਾਂਦੇ ਨਿਆਜ਼ ਕਿਤਨੀ ਕੀਤੀ ਹੁੰਦੀ ਦੇਓ ਨਹੀਂ ਦੇਖੋ ਤੇ ਨਹੀਂ ਖੁਦਾ ਦੇ ਬੰਦੇ ਬਿਸਮਿਲ੍ਲਾ ਕਰਾ ਮੋਮਨਾਂ ਦਾ ਬਾਲ ਹੈ ਤੇ ਬੰਦੇ ਇੱਕ ਵਾਰ ਨੇ ਕਮਲਾ ਹੈ ਆ ਮੇਰਾ ਮੌਲਾ ਅੱਲਾ ਖੈਰ ਕਰੇ ਹੁਣ ਨਾ ਚਵੀ ਜੀ ਠੀਕ ਹੈ ਬਿਨਾਂ ਰਾਹ ਹੀ ਵੱਧ ਸੁਣੋ ਇਹ ਨਿਆਜ਼ ਇਕੱਠੀ ਕਰਨਾ ਚਾਹੁੰਦਾ ਮੇਰੇ ਵਾਸਤੇ ਤਾਂ ਕੋਈ ਇਹ ਪਤਾ ਹੈ ਮੈਂ ਕੋਈ ਨਿਆਜ਼ ਮਿਲਵੇ ਸੀ ਜਿਹੜੀ ਇਕੱਠੀ ਅੱਜ ਥੀਂਦੀ ਭਾਈ ਉਹ ਸਾਰੀ ਤੇਰੀ ਹੈ ਹਾਂ ਠੀਕ ਹੈ ਨਾ ਬਸ ਤੂੰ ਮੈਂ ਕੋਈ ਸੁਣਦਾ ਰਹੇ ਅਤੇ ਦੁਆ ਕਰਦਾ ਰਹੇ ਮੈਂ ਤੇ ਕੋਈ ਦੁਆ ਕਰਦਾ ਤੂੰ ਮੈਂ ਕੋਈ ਦੁਆ ਕੀਤੀ ਹੈ ਹੁਣ ਇਨਸ਼ਾਅੱਲਾ ਮੇਰੀ ਦੁਆ ਦਾ ਸਦਕਾ ਮੈਂ ਦਿਲੋਂ ਦੁਆ ਕਰਦਾ ਇਹਦੇ ਵਾਸਤੇ ਇੱਕ ਅਮਲ ਹੀ ਕਰਨ ਲੱਗੀ ਇਨਸ਼ਾਅੱਲਾ ਠੀਕ ਹੋ ਸਕੇ ਅੱਗੇ ਕੋਲੋਂ ਕਾਫੀ ਬਿਹਤਰ ਹੈ ਹੁਣ ਅਲਹਮਦੁਲਿਲਾ ਰੋਟੀ ਵੀ ਆਪ ਮੰਗਦਾ ਹੈ ਖਾਂਦਾ ਪੀਂਦਾ ਹੀ ਆਪ ਪਹਿਲਾਂ ਭਾਵੇਂ ਅਤੇ ਅੱਗੇ ਤਵਾ ਤੀਂਦਾ ਨੰਬਰ ਮੈਂ ਤਾਂ ਸ਼ਾਇਦ ਉਹਨਾਂ ਲਿਖਿਆ ਹੋਇਆ ਜੋ ਬਈ ਕੋਈ ਅਣਬਣ ਥੀ ਵਜੇ ਤਵਾ ਫੋਨ ਮਿਲਾ ਕੇ ਦੱਸ ਦੀ ਵੈ ਬਈ ਮਲੰਗ ਕਿਹੜੀ ਸਾਹ 'ਤੇ ਵੱਧਦਾ ਉਹ ਗੱਲ ਖਤਮ ਹੈ ਲਾ ਭਾਵੇਂ ਹਾਂ
ਕਬੂਲੀਅਤ ਦਾ ਨਾਮ ਮਜਲਿਸ ਹੁਸੈਨ ਹੈ, ਇੱਥੋਂ ਦੁਆਈਂ ਕਬੂਲ ਥੀਂਦੀਆਂ। ਔਰ ਬੜਾ ਦੁੱਖ ਲੱਗਦਾ ਮੌਲਾ ਦੀ ਕਸਮ, ਜਿਹੜਾ ਮਜਲਿਸ ਹੀ ਦੁਆ ਮੰਗਦੇ ਹਨ ਅਤੇ ਬੰਦੇ ਮੂੰਹ ਘੁੱਟ ਕੇ ਬੈਠੇ ਰਹਿੰਦੇ ਅਤੇ ਆਮੀਨ ਹੀ ਨਹੀਂ ਆਦੇ, ਬਸ ਉਹਨਾਂ ਦੀਆਂ ਦੁਆਈਂ ਉਵੇਂ ਕਬੂਲ ਥੀਂਦੀਆਂ ਜਿਵੇਂ ਨੀਅਤ ਹੁੰਦੀਆਂ ਬੰਦੇ। ਇੱਥੋਂ ਸਹੀ ਦੁਆ ਕਬੂਲ ਨਹੀਂ ਸੀ ਤਾਂ ਬਸ ਕਿਹੜਾ ਮਕਾਮ ਹੈ। ਜਿਨ੍ਹਾਂ ਦੇ ਅਕੀਦੇ ਬੁਲੰਦ ਹਨ ਤਾਂ ਦੁਆਈਂ ਤਾਂ ਮੇਰੇ ਮੁਰਸ਼ਿਦ ਅੱਬਾਸ ਦੇ ਅਲਮ ਤਲੇ ਪੂਰੀਆਂ ਥੀਂਦੀਆਂ। ਚਲੋ ਕੰਜੂਸੀ ਨਾ ਕਰਾਂ, ਸ਼ੇਰ ਪੜ੍ਹਦੇ ਹਾਂ ਬਾਈ ਜੀ। ਬੱਟੀ ਸਾਹਿਬ ਨਾ ਪਰਮੇ ਨੇ ਉਹਨੇ ਮੌਮਨਾ ਇੱਕ ਦੁਆ ਮੰਗੀ ਕਰੋ, ਬੜਾ ਨਾਜ਼ੁਕ ਦੀਆਂ ਦੌਰੇ ਕਿਹੜੀ ਦੁਆ ਆਵੇ ਹਜ਼ਰਤ ਮਹਦੀ ਨਬੀ ਦੀਨ ਦਹਦੀ ਕਿਆ ਬਾਤ ਹੈ ਨਬੀ ਦੀਨ ਦਹਦੀ ਹੋ ਸੀ ਘਰ ਘਰ ਸ਼ਾ ਜ਼ਾਕਿਰ ਹੈਦਰੀ ਮਿਹਰਬਾਨੀ, ਬੜੀ ਬੜੀ ਮਿਹਰਬਾਨੀ, ਮਾਲਿਕ ਥੁੱਕ ਸਲਾਮਤ ਰੱਖੇ। ਆਰ ਭੱਟੀ ਨੌ ਸ਼ਿਵਾਲ ਕੋ ਮਜਲਿਸ ਕਰਵਾਉਂਦਾ ਪਏ ਅਤੇ ਅੱਲਾ ਇੱਕੋ ਤੋਫੀਕ ਦੇਵੇ ਜੋ ਇਹ ਇਤਨਾ ਖਰਚਾ ਆਪ ਚ ਕਰੇ ਅਤੇ ਹੱਕਦਾਰ ਹੀ ਹੈ ਅਤੇ ਸਾਰੇ ਜਿਤਨੇ ਬੈਠੇ ਹੋ ਇਹਦੇ ਨਾਲ ਤਾਵਨ ਕਰੋ। ਮੌਲਾ ਦੀ ਪੌੜੀ ਵਿੱਚ ਕਹਿੰਦੇ ਕੋਈ ਇਹ ਰੂਟੀਨ ਨਾਲ ਮੰਗਣ ਵਾਲਾ ਨਹੀਂ, ਅਰਫ ਅਮਤ ਸਮਝੀ ਬੈਠੇ ਇਹ ਮੌਲਾ ਦੇ ਜ਼ਿਕਰ ਉੱਠ ਮੰਗਦਾ ਪਏ ਅਤੇ ਧਿਆਨ ਨਾ ਕਰ, ਇਹਨੂੰ ਪੰਜ ਸੱਤ ਉਗਾਲੀਆਂ ਕੀਤੀ ਖੜੇ ਅਤੇ ਇਹ ਲੋਕ ਨੱਥੀ ਵਜੇ ਗਾਜ਼ੀ ਦਾ ਨਾਮ ਮੰਨੇ ਵੱਤ ਮੜਿਆਲਿਆਂ ਦੀ ਲਿਸਟ 'ਚ ਆਇਆ ਖੜੋ। ਇਹ ਜਿਤਨੇ ਬੈਠੇ ਹੁਣ ਸਾਰੇ ਇਹਦੇ ਨਾਲ ਤਾਵਨ ਕਰੋ ਅਤੇ ਕਤਰੇ ਕਤਰੇ ਨਾਲ ਸਮੁੰਦਰ ਬਣਦੇ ਅਤੇ ਢੇਰ ਸਾਰੇ ਖਰਜਾਤ ਹੁੰਦੇ ਨੇ। ਆ ਬਿਸਮਿਲਾ ਕਰਾਂ ਸਾਰੇ ਦਿਓ ਬਾਬਾ, ਹੁਣ ਆਪਣੀ ਬਿਰਾਦਰੀ ਨਹੀਂ ਵੀ ਪੈ ਦੇਂਦੀ, ਮੇਰਾ ਕੋਈ ਕਸੂਰ ਨਹੀਂ, ਲਾਲਾ ਤੂੰ ਹੀ ਦੇਣਾ ਮੇਰਾ ਵੀਰ, ਸਾਰੇ ਦਿਓ ਬਾਬਾ ਸਾਰੇ ਦਿਓ। ਇਹ ਪਰਦਾ ਦਾਨਾ 'ਚ ਅਪੀਲ ਹੈ ਜੋ ਨਿਆਜ਼ ਇਕੱਠੀ ਕਰਕੇ ਬੈਰ ਪਈ ਦਿਓ, ਉਹਦਾ ਬਚਤਾ ਹੀ ਨੀਤੀ ਹੈ ਕੌਣ ਨੀਤੀ। ਮਾਮਲਾ ਤੈਂ ਨੀਤੀ ਹੈ ਫਰੀਦ ਨੂੰ ਤੂੰ ਤਾਂ ਦੇ ਚਾਹ ਫਰੀਦ ਤਾਂ ਬੇਨਿਆਜ਼ ਦੇ ਛੁੜੀ ਹੋ ਕੇ ਵੀ ਜਲਸਾ ਜੇ ਮੈਂ ਮੁਫਤ ਪੜ ਸਾਂ, ਤੂੰ ਵੱਡੀ ਨਿਆਜ਼ ਕਿਹੜੀ ਹੈ। ਇਹ ਤੇਰੀ ਵੱਲ ਵੀ ਬੜੀ ਮਿਹਰਬਾਨੀ ਹੈ, ਅਸਾਂ ਤੇਰਾ ਸ਼ੁਕਰੀਆ ਅਦਾ ਕਰਨ ਦੇ ਜੋ ਤੂੰ ਇਲਾਕੇ ਕੋ ਟਾਈਮ ਦਿੰਦਾ। ਹਾਂ ਅੱਲਾ ਤੇਰੀ ਜ਼ਿੰਦਗੀ ਦਰਾਜ਼ ਫਰਮਾਏ, ਮੌਲਾ ਤੇ ਕੋ ਮਜ਼ੀਦ ਤਰੱਕੀਆਂ ਤਾ ਫਰਮਾਏ, ਬਖਤ ਲਾਵੇ ਮਾਲਿਕ। ਵਤਨ ਵਾਲੇ ਜ਼ਾਕਰਾਂ ਦੇ ਹੱਕ ਦੀ ਦੁਆ ਕੀਤੀ ਕਰੋ, ਇਲਾਕੇ ਦੇ ਜ਼ਾਕਰਾਂ ਕੋ ਰੰਗ ਹੋ ਸਨ ਤਾਂ ਪੂਰੀ ਕੱਛੀ ਕੋ ਰੰਗ ਹੋ ਸਨ, ਮੈਂ ਜਲਸਾਂ ਵੱਧ ਵੈਸਨ, ਆਜ਼ਾਦਾਰੀ ਵੱਧ ਵੈਸਨ। ਮੰਦਾਇਆ ਕਿਆ ਥਾ ਹੈ, ਕਹਿੰਦੀ ਜੰਗ ਬੰਨੀ ਪਈ ਕਿਆ ਥਾ ਹੈ। ਅੱਛਾ ਅੱਛਾ, ਮਲੰਗ ਅਸ਼ਰਫ ਕੁਮਾਰ ਲਿਖ ਸੋਹਣੀ ਸੀਅਤ ਦੇਵੇ, ਵਾਰੀ ਤਾਂ ਤੈਦੀ ਆਈ ਬਨਾ ਬਛੜੇ ਦੀ ਬੈਠੇ, ਅੱਲਾ ਸੁੱਖ ਸੀਅਤ ਦੇਵੇ। ਹਾਂ ਮਾਲਿਕ ਸਲਾਮਤ ਰੱਖੇ, ਹਮੇਸ਼ਾ ਉਹ ਘਰ ਵਸਦੇ ਰਹਾਂ ਜਿਹਨਾਂ ਘਰਾਂ 'ਤੇ ਮੇਰੇ ਮੁਰਸ਼ਦ ਅੱਬਾਸ ਦਾ ਅਲਮ ਲਹਿ ਰਹਿੰਦਾ। ਬਸ ਰਾਜ਼ੀ ਰਾਸੋ ਅੱਗੋਂ ਦੂਤਰੇ ਹਾਜ਼ਰੀਨ, ਅਤੇ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਵਤਨ 'ਤੇ ਹਾਜ਼ਰੀ ਜ਼ਰੂਰੀ ਹੋਣੀ ਚਾਹੀਦੀ ਹੈ ਔਰ ਦੁਆ ਹੀ ਕਰਨੀ ਚਾਹੀਦੀ ਹੈ।
ਮਿਲਦੀ ਹੈ ਦੁਆ ਹੈ, ਉਹਦੇ 'ਚ ਇਜ਼ਾਫਾ ਕੀਤੀ ਰਹਿ ਕਰੋ। ਮੈਂ ਝੋਲੀ 'ਚ ਆ ਕੇ ਤੁਹਾਡੇ ਹੱਕ ਦੁਆ ਕਰਨਾ, ਕੋਈ ਅਜ਼ਾਦਾਰ ਤਕਲੀਫ ਨਾ ਲਏ ਤਾਂ ਮਾਲਿਕ ਸੋਹਣੀ ਸੀ ਚੜੀ ਹੋਈ ਬੇ ਔਲਾਦਾਂ ਕੋ ਮਾਲਿਕ ਮਾਤਮੀ ਅਜ਼ਾਦਾਰ ਬਚੜੇ ਅਤਾ ਫਰਮਾਏ, ਔਰ ਮੁਲਕ ਫਲਸਤੀਨ ਦੇ ਮੁਸਲਮਾਨਾਂ ਦੀ ਮਾਲਿਕ ਗੈਬ ਤੋਂ ਮਦਦ ਫਰਮਾਏ। ਉੱਥੋਂ ਦੇ ਹਾਲਾਤ ਬੜੇ ਨਾਜ਼ੁਕ ਹਨ, ਜਿਹੜੇ ਸੋਸ਼ਲ ਮੀਡੀਆ 'ਤੇ ਰਹਿੰਦੇ ਹੋ, ਉਹ ਜੋ ਵੀ ਹੋਵੇ ਮੁਸਲਮਾਨ ਤਾਂ ਹੀ ਉੱਥੇ ਦੇਖੋ, ਤਕਰੀਬਨ ਢੇਰ ਸਾਰੇ ਮਹੀਨੇ ਹੋ ਗਏ ਜੋ ਉਹਨਾਂ 'ਤੇ ਜ਼ੁਲਮ ਪਿਆ ਥੀਂਦਾ, ਪਰ ਇਸਰਾਈਲ ਜੇ ਮੁਲਕ ਮਾਲਿਕ ਤਬਾਹ ਬਰਬਾਦ ਕਰੇ, ਜਿਹੜੇ ਜਿਹੜੇ ਬੰਦੇ ਉਹਨਾਂ ਨਾਲ ਸਪੋਰਟ ਪੈ ਕਰਨ ਮਾਲਿਕ ਉਹਨਾਂ ਕੋਈ ਵਾਸਲੇ ਜਹਨਮ ਕਰੇ। ਹਾਂ ਇਨਸ਼ਾਅੱਲਾ ਤੁਹਾਡੀ ਦੁਆ ਰੰਗ ਲੈ ਸੀ, ਲੱਖਾਂ ਫਜ਼ਾਇਲ ਪੜੇ ਵਜਨ ਅਜ਼ਾਦਾਰ ਦੇ ਦਿਲ ਦੀ ਹਸਰਤ ਮੁਕਾਣੇ। ਕਾਫੀ ਸਾਲ ਹੋ ਗਏ ਮਜ਼ਲੂਮ ਦੀ ਸਨਾਖਾ ਨਹੀਂ ਕਰੇ ਨੇ, ਹੁਣ ਤਜਰਬਾ ਹੋ ਗਏ ਮੇਰਾ ਵੀਰ, ਹੁਣ ਮੈਂ ਜਾਣਦਾ ਬੰਦੇ ਮਜ਼ਲੂਮ ਦੀ ਮਜਲਿਸ ਵਾਸਤੇ ਘਰੋਂ ਰੋ ਕੇ ਟੁੱਟਦੇ, ਉਸ ਮਜ਼ਲੂਮ ਦੀ ਮਜਲਿਸ 'ਤੇ ਪੈ ਵੈਂਦੇ ਆ ਜੇ ਕੁਛ ਸਕੀਆਂ ਬਹਿਣੀ ਰੱਜ ਕੇ ਨਰੂ ਬਿਰਾਮਨ ਦੀਆਂ ਲਾਸ਼ਾਂ ਤੋਂ ਇਵੇਂ ਟੁਰੀਆਂ ਆਖੋ ਚ ਜੀਵੇਂ ਲੱਗਦੀ ਕੁਝ ਨਹੀਂ। ਵਸਦੇ ਘਰਾਂ ਦੇ ਲੋਕ ਬੈਠੇ ਹੋ, ਮਜਲਿਸ ਮੁਕਸੀ ਵਸਦੇ ਘਰ ਵੇਂਡੇ ਸੋ, ਇਹ ਮੈਂ ਝੋਲੀ ਚਾਹ ਕੇ ਦੁਆ ਪਿਆ ਕਰਨਾ, ਅੱਲਾਹ ਤੁਹਾਨੂੰ ਤੁਹਾਡੇ ਘਰ ਨਸੀਬ ਕਰੇ। ਥੋੜ੍ਹੀ ਦੇਰ ਵਾਸਤੇ ਉਹਨਾਂ ਗਰੀਬਾਂ ਦੀ ਗੁਰਬਤ ਦਾ ਜੁਮਲਾ ਪੜ੍ਹਦਾ, ਬਈ ਜਾਨ ਜਿਹੜੇ ਜਗ ਤੋਂ ਸੋਹਣੇ ਵਸਦੇ ਹਨ, ਘਰਾਂ ਕੋ ਜੰਦਰੇ ਲੱਗੇ ਅਤੇ ਚਾਬੀਆਂ ਨਾ ਲੱਦੀਆਂ। ਤੁਸੀਂ ਮੇਤੇ ਮੁਖਤਿਆਰ ਬਿਰਾ ਸਾਰੇ ਆਜ਼ਾਦਾਰ ਸਵਾਲ ਕਰ ਸਕਦੇ ਹੋ, ਸਹੀ ਆਜ਼ਾਦਾ ਬਜ਼ੁਰਗਾਂ ਦੀ ਔਲਾਦ ਦੇ ਖਾਨਦਾਨੀ ਜ਼ਾਕਿਰੇ, ਸਾਕੂ ਦੱਸ ਤਾਂ ਸਹੀ ਚਾਬੀਆਂ ਲਾਭੀ ਪੋਵੇ ਨਾ ਤਾਂ ਜੰਦਰੇ ਖੋਲਣ ਵਾਲਾ ਜੋ ਕੋਈ ਕੋਈ ਸੌਖੀ ਹੈ ਮਦੀਨੇ ਵਾਲੇ ਸਹਿਦਾਂ ਦੀ ਤਿਆਰੀ, ਬੋਲੋ ਕਿਹੜੇ ਜ਼ਬਾਨ ਰੱਖਦੇ ਬੋਲੋ, ਕੋਈ ਸੌਖੀ ਤਿਆਰੀ। ਮਜ਼ਲੂਮੇ ਕਰਬਲਾ ਫਰਮੈਨਨ, ਜਿਹੜੇ ਬੰਦੇ ਕੋ ਸਾਡੇ ਔਖੇ ਟੁਰਨ 'ਤੇ ਸਾਡੀ ਔਖੀ ਤਰਵਾਨਗੀ 'ਤੇ ਰੋਵਣ ਨਹੀਂ ਆਉਂਦਾ, ਉਹ ਸਾਡੀ ਸ਼ਹਾਦਤ 'ਚ ਨਾ ਰੋਵੇ। ਮਤਲਬ ਫਰਮੈਨਨ ਲੋਕਾਂ ਕੋ ਕਿਆ ਪਤਾ ਜੋ ਮੈਂ ਨਾਨੇ ਦਾ ਵਸਤਾ ਸ਼ਹਿਰ ਕੀ ਮੈਂ ਛੋੜਿਆ, ਹਾਏ ਤੁਹਾਡੇ ਵਸਤੇ 'ਚ ਜਗ੍ਹਾ ਮਲ ਕੇ ਨਾ ਬੈਠੇ ਕਰੋ, ਹਾਏ ਕਰ ਛੋੜੀ ਕਰੋ, ਇਹ ਹੈ ਦੀ ਅਜਾ ਰਿਹਾ ਮੈਂ ਸਦਕੇ ਥੀ ਵਾਂ, ਬਿਸਮਿਲ੍ਲਾ ਕਰਾਂ ਜਵਾਨੀਆਂ ਮਾਣੇ, ਬੜੀ ਮਨਜ਼ੂਰ ਮਜਲਿਸ ਹੈ, ਅੱਲਾ ਤੁਹਾਡੇ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾਵੇ। ਇੱਕ ਛੋਟੀ ਜਿਹੀ ਤਕਲੀਫ ਦੇ ਸਾਂ, ਸਾਰੇ ਝੋਲੀ ਫੈਲਾਓ, ਇਹ ਬਹੁਤ ਬੜਾ ਅਮਲ ਹੀ ਹੈ। ਮੈਂ ਵਹਿਣ ਪੜ੍ਹਨਾ, ਅਗਰ ਕਹਿ ਆਜ਼ਾਦਾਰ ਦੀ ਅੱਖ ਵਸ ਪੋਵੇ ਨਾ, ਵੱਧ ਕੋਸ਼ਿਸ਼ ਕਰੇ ਆਪਣੇ ਵਾਸਤੇ ਦੁਆ ਜ਼ਰੂਰ ਮੰਗੇ। ਈ ਵਾਸਤੇ ਜਵਾਨਾਂ ਮਾਤਮੀਆਂ ਮਿਹਨਤ ਖੜਾ ਕਰੇ ਨਾ, ਜਿਹੜੀ ਦੁਆ ਰੋਂਦੀਆਂ ਅੱਖੀ ਨਾਲ ਮੰਗੀ ਵਜੇ ਕਬੂਲ ਹੁੰਦੀ ਹੈ। ਅੱਲਾ ਸਾਡੇ ਭਾਈ ਸਕਲੈਨ ਸ਼ਾਹ ਸਾਹਿਬ ਦੇ ਦਰਜਾਤ ਬੁਲੰਦ ਫਰਮਾਵੇ, ਨਈਅਰ ਕੋ ਮਾਲਿਕ ਹਯਾਤੀਆਂ ਨਾਲ ਫਰਜ਼ਾਂ ਦਿੱਤਾ ਫਰਮਾਵੇ। ਯਾ ਸੈਯਦਾ ਅਮੀਰ ਬੰਦਾ ਜੇ ਅਮੀਰ ਹੈ ਨੇ ਕੀ ਗਿਣਤੇ ਹੁਸੈਨ ਦੀਵਾਰਾਂ ਦੇਖਣਾ ਦੇ ਦਈ ਵੇਣ ਖਵਾਦਾ ਰੋ ਰੋ ਕੇ
ਧਰਮੇ ਨਾਲ ਗੱਲ ਕੱਤਾਂ ਲਮਨੇ ਤੇ ਮੁਗਵੇਂ ਦੀ ਤੜਕ ਕਦਮ ਲਵਾਏ ਉਹਨਾਂ ਕਰ ਹਰੀ ਮੰਦਰ ਗੁਲਾਮ ਬਾਬਾ ਗੱਲ ਕੱਤਾਂ ਲਮਨੇ ਤੇ ਮੁਗਵੇਂ ਦੀ ਤੜਕ ਕਦਮ ਲਵਾਏ ਮੌਲਾ ਫਰਮੈਂਦੇ ਨੇ ਮੇਰੇ ਕਤਲ ਤੇ ਗੱਲ ਮੁੱਕ ਮੰਨਿਆ ਤੇਰੀ ਜੁੱਤੀ ਬਾਹਰ ਨਾ ਹੋਇਆ ਗੱਲ ਕਤਲ ਮੇਰੇ ਤੇ ਮੁਗਵੈਂਦੀ ਤੇ ਕਦਮ ਨਾ ਵਾਹੇ ਬਿਸਮਿਲਾ ਕਰਾਂ ਸਾਈ ਬਿਸਮਿਲਾ ਕਰਾਂ ਅਗਲੇ ਸਤਰ ਸੁਣਾ ਸਹੀ ਦਾਦਾ ਮੇਰੇ ਇਮਾਮ ਨੇ ਆਖੀ ਕਿਹੜੀ ਗੱਲ ਹੈ ਸਯਾਦਾ ਦੇ ਦੁਆਲੀ ਆਹੀ ਉਹ ਕੁਸ਼ਾਮਾ ਦੇ ਨੇ ਮੇਰਾ ਦਿਲ ਵੇਂਦਈ ਘਬਰਾਂਦਾ ਉਹ ਕਿਵੇਂ ਤੁਰਦੇ ਸੋਹਣੀਆਂ ਗਲੀਆਂ ਵਿੱਚ ਤੇ ਕੁਟੁਰਣ ਦਰਾਲੇ ਉਹ ਤੂੰ ਤਨਾ ਨੇ ਦਰੋ ਦੇ ਧੀਰਾਦ ਅਲਮਾ ਅਲਮਾ ਜੀ ਬਾਬਾ ਨੌਕਰਾਂ ਜਵਾਨੀਆਂ ਮਾਣੇ ਕਿਵੇਂ ਤੁਰਸੇ ਸੋਹਣੀਆਂ ਗਲੀਆਂ ਵਿੱਚ ਤੇ ਕੁਟੁਰਣ ਦਦਾ ਨਹੀਂ ਹਾਏ ਮਥੇ ਬਜ਼ੁਰਗਾਂ ਦੇ ਅੰਦਾਜ਼ ਵਿੱਚ ਬੇਨ ਤਾਂ ਸੁਣਾਵਾਂ ਇੰਤਜ਼ਾਰ ਨ ਕਰਾਵਾਂ ਓਏ ਸੁਣਾਵਾਂ ਜਿਹੜੇ ਵਹਿੰਦੀ ਮੇਰੀ ਧਰਤੀ ਆਸ਼ਕ ਵਤਨ ਵਾਲੇ ਅਠਾਵੀ ਰਜਾਂ ਦੀ ਬੁੱਢੀ ਹੁੰਦੀ ਗਰਈਏ ਜੀ 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 ਮੈਨੂੰ ਕਰਾਂ ਬਾਬਾ ਮੈਨੂੰ ਕਰਾਂ ਹਰ ਦਾਰ ਮਾਤਮੀ ਦਾ ਇਵੇਂ ਹੱਕ ਬਣਦੇ ਗਰੀਬਾਂ ਦੇ ਗਮ ਵਿੱਚ ਹੈ ਕਰਨ ਵਾਲੇ ਵੱਜਦੇ ਘਰਾਂ ਦੇ ਲੋਕ ਬੈਠੇ ਹੋ ਸਵੇਰੇ ਦੀਤੀ ਸੀ ਮੈਂ ਵਤਨ ਛੁੜੇ ਸਾਂ ਮੇਰੀਆਂ ਭੈਣ ਨਾਲ ਕੁਰਬਾਨ ਦੀਵਾਂ ਹੁਸੈਨ ਦੇ ਸਬਰਾਂ ਤੋਂ ਅੱਧੀ ਰਾਤ ਟੈਮ ਗੁਧੀਆਂ ਦੇ ਫੁਰਕੇ ਵਧਾ ਜੁੜੇ ਨੇ ਆਦੇ ਉੱਠੀਓ ਮੇਰੀਆਂ ਇਜ਼ਾਦਾਂ ਲੀਆਂ ਧੀਆਂ ਮੈਂ ਨਾਨੇ ਦੀ ਨਗਰੀ ਪੀਆ ਛੁੜੇ ਨਾ ਫਿਰ ਮੇਰੇ ਉੱਠੀਓ ਮੇਰੀਆਂ ਪਰਦਾਦਾਰ ਦੀ ਹੌਸਲਾ ਹੌਸਲਾ ਕਰੇ ਜਵਾਨੀ ਮਾਣੇ ਜਿਤਨੇ ਬੰਦੇ ਵਹਿਣ ਕਰ ਕਰੋਂਦੇ ਪਾਇਓ ਅੱਲਾ ਦਰਜਾ ਬਲੰਦ ਕਰੇ ਬਾਬੇ ਸਾਬਰ ਹੁਸੈਨ ਸ਼ਾਹ ਦੇ ਉਹ ਪਰਮੇਂਦੇ ਆਉਂਦੇ ਹਨ ਮੈਂ ਸਦਕ ਹੁਸੈਨ ਦੇ ਸਬਰਾਂ ਦਾ ਵਤਾ ਘਰਾਂ ਦੇ ਤਾ ਮਾਤਮ ਕਰੋ
ਜਿਨ੍ਹਾਂ ਦਾ ਉਹ ਪਰਮੇ ਦਿਓ ਗੱਲ ਲੱਗੀ ਹੋਈ ਹਰ ਇੱਕ ਦੀਦੀ ਕੋ ਦਇਆ ਪੂਸੈ ਲਛੜਾ ਰੋੜ ਬਾਬਾ ਜੀ ਬਾਬਾ ਜੀ ਜੀ ਨੌਕਰਾਂ ਜਵਾਨੀ ਮਾਣੇ ਉਹ ਗੱਲ ਲੱਗੀ ਹੋਈ ਹਰ ਦੀਦੀ ਕੋ ਦਇਆ ਪੂਸੈ ਸੁਣ ਸੋ ਅਗਲੀ ਸੱਤਰ ਜਵਾਨ ਬੈਠੋ ਰੋ ਰੋ ਪਿਆ ਦੀਆ ਹੁਣ ਅੱਲਾ ਬੇਲੀ ਓ ਵੰਦੇ ਵਣ ਭੇਲੀ ਸਾਡੇ ਖੜਨ ਤਿਆਰ ਕੱਚਾ ਅੱਲਮਾ ਜੀ ਜੀ ਨੌਕਰ ਜਵਾਨੀ ਮਾੜੇ ਫਰਮੇਂਦੀਆਂ ਹੁਣ ਅੱਲਾ ਬੇਲੀ ਓ ਵੰਦੇ ਹੁਸੈਨ ਦੀਦੀ ਮਾਤਮ ਕਰੋ ਬਿਮਾਰ ਕਦੇ ਥਈਏ ਹੋਈ ਵੇਲੇ ਥੀ ਭੈਣ ਪੜ੍ਹ ਲਵਾਂ ਬੋਲ ਕੇ ਜਵਾਬ ਦਿਓ ਪੜਾ ਭੈਣ ਜੀ ਬਾਬਾ ਜੀ ਨੌਕਰ ਜਵਾਨ ਮਾਣੇ ਉਹ ਮੈਂ ਸਦਕ ਮੰਨਿਆ ਉਹ ਜੇ ਟੁਰਦੇ ਉੱਠ ਤੂੰ ਉਹ ਗਿੱਧਾ ਅਕਬਰ ਵੀ ਸੁਣਾ ਉਹ ਗੰਢ ਦੇਖ ਕੇ ਸਾਰੇ ਸਜਣਾ ਦੀ ਕਿਵੇਂ ਜੀਂਦੀ ਰਹੀ ਇੱਕ ਵਾਰ ਮੈਂ ਵੀਰ ਹੋਰ ਪੜ੍ਹ ਲੈਣਾ ਪਰ ਜ਼ਿੰਦਗੀ ਦਾ ਕੋਈ ਪਤਾ ਨਹੀਂ ਜਿਹੜੇ ਭੇਣੀ ਦੇ ਫਿਰਾ ਬੈਠੇ ਹੋ ਜਿਹੜੇ ਧੀਆਂ ਦੇ ਪਿਓ ਬੈਠੇ ਹੋ ਜਦੋਂ ਸਾਰੇ ਸਜਣ ਟੁਰਨ ਲੱਗੇ ਆ ਪਿਓ ਦੋਈ ਨਹੀਂ ਆਈ ਆ ਜਿਵੇਂ ਛਿੱਕ ਦੇ ਪਾਣੀ ਆਉਂਦਾ ਨਿੱਕੇ ਨਿੱਕੇ ਅੱਜ ਪਿਓ ਦੀ ਦਾੜੀ ਤਲਾ ਅੱਜ ਬਾਬਾ ਇਹ ਤਮਨੇ ਦੀਆਂ ਹਿਲ ਔਖੇ ਬੰਦ ਮਾਤਮ ਉਹ ਸਹਿਰਾਂ ਦੇ ਉਹ ਤੇ ਕੋਈ ਸਮਝ ਨਹੀਂ ਆਦੇ ਹੁਸੈਨ ਬੀਬੀ ਆਦੀ ਮੈਂ ਕੁਛ ਕੇ ਹਵੀਰ ਦੀ ਓ ਸ਼ਾਦੀ ਦਾ ਮੈਂ ਪੈਦਲ ਤੁਰ ਹਰ ਭਾਈ ਅੱਲਾਹ ਅਕਬਰ ਅੱਲਾਹ